ਸੁਯੇਕਲ ਪ੍ਰਾਈਮੇਸ਼ਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਤੁਹਾਡਾ ਨਰਪਜੋਤ ਕੜ ਤੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਤਿੰਦਰ ਪਨੂ ਜੀ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਹਰ ਉਸ ਮੁੱਦੇ ਦੀ ਜੋ ਨਿਤਵਾਪਰ ਦੀਆਂ ਘਟਨਾਵਾਂ ਦੇ ਨਾਲ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਨੇ ਤੇ ਉਸੇ ਤੇ ਹੀ ਚਰਚਾ ਕਰਨ ਦੇ ਲਈ ਜਤਿੰਦਰ ਪਨੂ ਸਾਹਿਬ ਸਾਡੇ ਨਾਲ ਜੁੜੇ ਜੁਕ ਨੇ ਪਨੂ ਜੀ ਪ੍ਰੋਗਰਾਮ ਦੇ ਵਿੱਚ ਸਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਪਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਦਿੱਲੀ ਦੀਆਂ ਚੋਣਾਂ ਦੇ ਨਾਲ ਕਰਦੇ ਹਾਂ ਸੇਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਤੇ ਉਦਸ ਸਰਨਾ ਜਿਹੜਾ ਗਰੁੱਪ ਹੈ ਉਹਨਾਂ ਦੇ ਵੱਲੋਂ ਆਪਸੀ ਜਿਹੜੀ ਦੂਸ਼ਣਬਾਜ਼ੀ ਹੈ ਉਹ ਕਾਫੀ ਜ਼ਿਆਦਾ ਤੇਜ਼ ਹੋ ਗਈ ਹੈ ਇੱਕ ਦੂਜੇ ਦੇ ਉੱਪਰ ਕਾਫੀ ਜ਼ਿਆਦਾ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਜੇ ਇਲਜ਼ਾਮਾਂ ਦੀ ਗੱਲ ਕਰੀਏ ਤਾਂ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੀ ਧਿਰ ਸੱਚੀ ਜਾਪਦੀ ਹੈ ਦੇਖੋ ਪਹਿਲਾਂ ਤਾਂ ਇਹ ਸਮਝਣਾ ਪਏਗਾ ਕਿ ਸਿੱਖਾਂ ਦੀ ਸਭ ਤੋਂ ਵੱਡੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਕੁਰਬਾਨੀਆਂ ਦੇ ਨਾਲ ਪੈਦਾ ਹੋਈ ਸੀ ਅੰਗਰੇਜ਼ਾਂ ਨੇ ਪਰਵਾਨਗੀ ਦਿੱਤੀ ਸੀ ਹਾਂਜੀ ਜਦੋਂ ਦੇਸ਼ ਆਜ਼ਾਦ ਹੋ ਗਿਆ ਫਿਰ ਬੜਾ ਚਿਰ ਲੜਦੇ ਰਹੇ ਕਿ ਦਿੱਲੀ ਵਿੱਚ ਵੀ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਚਾਹੀਦਾ ਇੱਕ ਕਮੇਟੀ ਚਾਹੀਦੀ ਹੈ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਜਿਹਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਗੁਰਦੁਆਰਾ ਹੁੰਦਾ ਹੀ ਸਿੱਖਾਂ ਦਾ ਹਾਂਜੀ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਉਹਦੇ ਫਿਰ ਵੀ ਠੀਕ ਸੀ ਉਹਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਤੱਕ ਪੰਜਾਬ ਦੇ ਅਕਾਲੀ ਕਹਿੰਦੇ ਹੁੰਦੇ ਸੀ ਕਿ ਇਹ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ असल ਚ ਸਾਨੂੰ ਢਾ ਲਾਉਣ ਵਾਸਤੇ ਬਣਾਈ ਬਾਅਦ ਵਿੱਚ ਇਹੋ ਹੀ ਪੰਜਾਬ ਦੇ ਜਿਹੜੇ ਅਕਾਲੀ ਨੇ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਹੋ ਗਿਆ ਕਬਜ਼ਾ ਟੁੱਟ ਗਿਆ ਇਹ ਲੜਾਈਆਂ ਲੜਨ ਲੱਗ ਪਏ ਹਾਂਜੀ ਉਸ ਤੋਂ ਬਾਅਦ ਕੁਝ ਕਮੇਟੀਆਂ ਹੋਰ ਵੀ ਬਣ ਗਈਆਂ ਪਟਨਾ ਸਾਹਿਬ ਕਮੇਟੀ ਬਣ ਗਈ ਹਜ਼ੂਰ ਸਾਹਿਬ ਕਮੇਟੀ ਬਣ ਗਈ ਅਸੀਂ ਤਾਂ ਅਮਰੀਕਾ ਕੈਨੇਡਾ ਦੇ ਵਿੱਚ ਇੰਗਲੈਂਡ ਫਰਾਂਸ ਵਿੱਚ ਇਟਲੀ ਚ ਕਈਆਂ ਥਾਵਾਂ ਤੇ ਜਿੱਥੇ ਵੀ ਸਿੱਖ ਗਏ ਗੁਰਦੁਆਰਾ ਕਮੇਟੀਆਂ ਬੜਾਈਆਂ ਨੇ ਚੋਣਾਂ ਦੇ ਸਵਾਲ ਦੇ ਉੱਤੇ ਵੀ ਬਿਗੈਰ ਚੋਣਾਂ ਤੋਂ ਵੀ ਉੱਥੇ ਵੀ ਲੜਾਈ ਪਾਉਣਾ ਨਹੀਂ ਰਿਹਾ ਸਾਡੇ ਬੰਦੇ ਬਿਲਕੁਲ ਬਹੁਤ ਥੋੜੇ ਜਿਹੇ ਗੁਰਦੁਆਰੇ ਆ ਜਿਹੜੇ ਸ਼ਾਂਤਮਈ ਚੱਲਦੇ ਬਾਕੀ ਥਾਵਾਂ ਤੇ ਲੜਾਈ ਉੱਥੇ ਵੀ ਹੈ ਤੇ ਇੱਥੇ ਭਾਰਤ ਵਿੱਚ ਪੰਜਾਬ ਵਿੱਚ ਦਿੱਲੀ ਵਿੱਚ ਕਿਦਾਂ ਸੁਖ ਸਾਧ ਰਹ ਸਕਦੇ ਸਹੀ ਕਹਿ ਰਹੇ ਹੋ ਦਿੱਲੀ ਦੀਆਂ ਗੁਰਦੁਆਰਾ ਚੋਣਾਂ 'ਚ 46 ਵਾਰਡ ਨੇ ਉੱਥੇ 40 ਤੇ 66 ਵਾਲੀ ਜਿਨ੍ਹਾਂ 'ਚ ਦਿੱਲੀ ਦੇ ਸਿੱਖਾਂ ਦੀਆਂ ਵੋਟਾਂ ਬੜੀਆਂ ਨੇ ਮੁੱਖ ਤੌਰ ਦੇ ਉੱਤੇ ਤਿੰਨ ਇੱਕ ਧਿਰਾਂ ਨੇ ਤਿੰਨ ਵੀ ਨਾ ਗਣੋ 22 ਗਣੋ ਤੀਸਰੀ ਅੱਧੀ ਆ ਉਹਨੂੰ ਅਸੀਂ ਨਾ ਗਣੀਏ ਹਾਂਜੀ ਇੱਕ ਤੇ ਜਿਨ੍ਹਾਂ ਦਾ ਪਿਛਲੇ ਸਮੇਂ ਚ ਕਬਜ਼ਾ ਅਜੇ ਤੱਕ ਕਬਜ਼ਾ ਤੇ ਕਬਜ਼ਾ ਕਾਇਮ ਰੱਖਣ ਨੂੰ ਲੜਦੇ ਨੇ ਉਹ ਬਾਦਲ ਕਾਲੀਦਲ ਵਲੇ ਹਾਂਜੀ ਮਨਜੀਤ ਸਿੰਘ ਜੀ ਕੇ ਜੀ ਕੇ ਦਾ ਮਤਲਬ ਗ੍ਰੇਟਰ ਕਲਾਸ਼ ਆ ਉਹਦਾ ਕਰਕੇ ਉਹਨੂੰ ਜੀ ਕੇ ਕਹਿੰਦੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਦਾ ਗਰੁੱਪ ਹੈ ਤੇ ਦੂਸਰਾ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਦੋ ਪ੍ਰਾਹ ਨੇ ਉਹਨਾਂ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਹਾਂਜੀ ਉਹ ਪਹਿਲਾਂ ਬਥੇਰਾ ਚ ਚਲਾਉਂਦੇ ਰਏ ਹੁਣ ਚਲਾਉਂਦੇ ਪਏ ਜਿਹੜਾ ਕੰਮ ਬਾਕੀ ਥਾਵਾਂ ਤੇ ਹੁੰਦਾ ਉਹ ਦਿੱਲੀ ਵਿੱਚ ਵੀ ਹੁੰਦਾ ਗੋਲਕਾਂ ਦੀ ਲੜਾਈ ਦਿੱਲੀ 'ਚ ਵੀ ਹੈ ਇੱਕ ਦੂਸਰੇ 'ਤੇ ਦੋਸ਼ ਲੱਗਦੇ ਮੈਨੂੰ ਕੈਨੇਡਾ ਦੇ ਇੱਕ ਗੁਰਦੁਆਰੇ ਦਾ ਯਾਦ ਹੈ ਉੱਥੇ ਇੱਕੋ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਠੀ ਸੀ ਫਿਰ ਲੜ ਪਏ ਫਿਰ ਇੱਕ ਧੜੇ ਨੇ ਦੂਸਰੇ ਵਾਲਾਂ 'ਤੇ ਕੇਸ ਕਰਤਾ ਪੈਸਾ ਦੇ ਉੱਤੇ ਗੁਰਦੁਆਰਾ ਦਾ ਗੋਲਕ ਦਾ ਪੈਸਾ ਵਕੀਲਾਂ ਦੇ ਵੱਲ ਜਾਣ ਲੱਗ ਪਿਆ ਜਾਂਦਿਆਂ ਜਾਂਦਿਆਂ ਦੂਸਰੀ ਤਰਜਿੱਤਗੀ ਉਹਨਾਂ ਨੇ ਗੁਰਦੁਆਰੇ ਨੂੰ ਨਿਲਾਮ ਕਰਨ ਦਾ ਜ਼ਬਤ ਕਰਨ ਦਾ ਆਰਡਰ ਲੈ ਆਂਦਾ ਇੱਥੇ ਤੱਕ ਵੀ ਸਿੱਖ ਸਿੱਖਾਂ ਦਾ ਗੁਰਦੁਆਰਾ ਜ਼ਬਤ ਕਰਾਉਣ ਦੇਖ ਲਓ ਇੰਗਲੈਂਡ ਦੇ ਵਿੱਚ ਇੱਕ ਗੁਰਦੁਆਰਾ ਇਹੋ ਜਿਹਾ ਜਿਹਨੂੰ ਚਲਾਉਣ ਵਾਲੇ ਆਪਣੇ ਆਪ ਨੂੰ ਬਾਕੀ ਸਾਰਾ ਦੁ ਕਟੜ ਸਿੱਖ ਸਮਝਦੇ ਸੀ ਉਹਨਾਂ ਦੇ ਗੁਰਦੁਆਰੇ ਦੇ ਨਿਲਾਮੀ ਦੇ ਆਰਡਰ ਲੈਣ ਇਹ ਕੋਈ ਬਾਹਰ ਦਾ ਕਰੇ ਫਿਰ ਤਾਂ ਬੁਰਾ ਲੱਗਦਾ ਪਰ ਆਪਣੀ ਸਿੱਖ ਪਰ ਜੇ ਕਰਦੇ ਕਰਦਿਆਂ ਨੂੰ ਇਦਾਂ ਕਰਨ ਲੱਗ ਪਣ ਇਹ ਹੁੰਦਾ ਕਿਉਂ ਗੁਰੂ ਸਾਹਿਬ ਨੇ ਪਹਿਲਾਂ ਪਹਿਲ ਜਦੋਂ ਧਰਮਸਾਲ ਬਣਾਈਆਂ ਉਹਨਾਂ ਵਕਤੇ ਮਸੰਦ ਥਾਪੇ ਸੀ ਮਸੰਦ ਅਸਲ 'ਚ ਸਰਾਣੇ ਵਰਗੀ ਲੰਬੀ ਚੌੜੀ ਮੋਟੀ ਗੱਦੀ ਹੁੰਦੀ ਹੈ ਜਿਹੜੀ ਪਿੱਠ ਪਿੱਛੇ ਰੱਖ ਕੇ ਤੇ ਕੰਧ ਨਾਲ ਢੋਲ ਆ ਕੇ ਬੈਠੀਦਾ ਉਹ ਜਿਹੜੇ ਮਸੰਦ ਥਾਪੇ ਸੀ ਉਹ ਹੌਲੀ ਹੌਲੀ ਇੰਨੇ ਕਰਪਟ ਹੋ ਗਏ ਕਿ ਸਿੱਖਾਂ ਨੂੰ ਆਪਣੇ ਚੇਲੇ ਚਾਂਟੇ ਤੇ ਵਰਕਰ ਜੇ ਸਮਝਣ ਲੱਗ ਪਏ ਕਰਿੰਦੇ ਸਮਝਣ ਲੱਗ ਪਏ ਤੇ 10ਵੇਂ ਗੁਰੂ ਸਾਹਿਬ ਦੇ ਵਕਤ ਕਹਿੰਦੇ ਆ ਕਿ ਮਸੰਦਾਂ ਨੂੰ ਕਰਪਟ ਹੋਣਾ ਨੂੰ ਚੁੱਕ ਕੇ ਫਿਰ ਸਾੜਿਆ ਗਿਆ ਤੇਲ ਦੇ ਕਿੜਾ ਚ ਪਾਇਆ ਗਿਆ ਹਾਂ ਜੀ ਉਹ ਤਾਂ ਫਿਰ ਬਾਅਦ ਵਿੱਚ ਜੋ ਸਿੱਖ ਪੰਥ ਤੇ ਮਾੜਾ ਸਮਾਂ ਆਇਆ ਜੰਗਲਾਂ 'ਚ ਰਹਿ ਉਦੋਂ ਤੱਕ ਧਰਮਸਾਲ ਦੇ ਬਜਾਇਜ਼ ਸਿੱਖਾਂ ਦੇ ਗੁਰਦੁਆਰੇ ਬਣ ਗਏ ਸਨ ਗੁਰਦੁਆਰਿਆਂ ਦੀ ਸੰਭਾਲ ਮਹੰਤਾਂ ਦੇ ਜਮੇ ਆ ਗਈ ਮਨ ਥੋੜੇ ਥੋੜੇ ਮਸੰਦਾਂ ਨਾਲ ਵੀ ਵੱਧ ਭੜੇ ਕਰਪਟ ਹੋ ਗਏ ਕਰਪਟ ਹੋ ਗਏ ਇਹ ਲਿਆ ਕੇ ਅੱਜਕੱਲ ਜਿਹੜੇ ਵਿਆਹ ਸ਼ਾਦੀਆਂ ਦੇ ਉੱਤੇ ਡੇਜੇ ਦੇ ਨਾਲ ਆਈਆਂ ਡਾਂਸਰਾਂ ਦੇ ਡਾਂਸ ਹੁੰਦੇ ਨੇ ਉਦੋਂ ਇਹੋ ਜਿਹੇ ਡਾਂਸ ਤੇ ਮੁਜਰਾ ਇਹ ਪ੍ਰਕਰਮਾ ਚ ਜਾ ਕੇ ਕਰਾਉਣ ਲੱਗ ਪਏ ਸਨ ਇੱਥੋਂ ਤੱਕ ਚਲੇ ਗਏ ਸੀ ਸ਼ਰਾਬ ਪਿਆਲਾ ਹਰ ਕੰਮ ਕਰਦੇ ਸੀ ਇਹਨਾਂ ਦੇ ਖਿਲਾਫ ਉਦੋਂ ਮੋਰਚੇ ਲੱਗੇ ਤੇ ਗੁਰਦੁਆਰਾ ਸੁਧਾਰਲਾ ਚਲੇ ਚਾਬੀਆਂ ਵਾਲਾ ਮੋਰਚਾ ਵੀ ਜਦੋਂ ਸੀਗਾ ਚਾਬੀਆਂ ਦਾ ਮੋਰਚਾ ਉਹ ਕਈ ਮੋਰਚੇ ਨੇ ਉਹ ਚ ਜੈਤੋ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਸਾਰੇ ਮੋਰਚੇ ਹਾਂਜੀ ਲੜਾਈ ਮਹੱਤਾ ਦੇ ਖਿਲਾਫ ਸੀ ਹੁਣ ਉਹ 1925 ਤੱਕ ਮੁੱਕ ਗਿਆ ਕੰਮ ਉਹ ਹੁਣ ਫਿਰ 2025 ਆਉਣ ਵਾਲੀ ਸਾਲ ਤੋਂ ਅੱਠ ਹੀ ਰਹਿੰਦੇ ਆ। ਹਾਂਜੀ। ਇਸ ਵੇਲੇ ਗੁਰਦੁਆਰਾ ਦੁਆਰਾ ਪ੍ਰਬੰਧ ਦੇ ਵਿੱਚ ਦੁਨੀਆ ਭਰ ਦੇ ਵਿੱਚ ਕਈ ਥਾਵਾਂ ਤੇ ਇਹੋ ਜਿਹੀ ਗਰਵਟ ਆ ਗਈ ਹੈ। ਜਿੱਥੇ ਹਰ ਇੱਕ ਕੋਈ ਦੂਸਰੇ ਉੱਤੇ ਦੋਸ਼ ਲਾ ਆ ਖਾ ਗਿਆ ਖਾ ਗਿਆ ਕੀ ਖਾ ਗਿਆ ਗੁਰੂ ਕੀ ਗੋਲ ਖਾ ਗਿਆ। ਇਹ ਦੋਸ਼ ਇੱਥੇ ਲੱਗਦੇ ਆ। ਕੁਝ ਸੱਚੇ ਹੁੰਦੇ ਆ। ਕੁਝ ਨਾ ਵੀ ਸੱਚੇ ਹੋਣ। ਇੱਥੇ ਜਿਹੜੇ ਬਿਲਕੁਲ ਸੱਚੇ ਸੋਚੇ ਬੰਦੇ ਆ। ਹਾਂਜੀ। ਜਿਨ੍ਹਾਂ ਨੇ ساری ਉਮਰ ਕੋਈ ਗਲਤ ਕੰਮ ਨਹੀਂ ਕੀਤਾ। ਉਹਨਾਂ ਦੇ ਬਾਰੇ ਵਿੱਚ ਜੇ ਕੋਈ ਕਹਿੰਦਾ ਨਾ ਕਿ ਨਿਆਂ ਕੀਤਾ ਤੇ ਲੋਕੀ ਕਹਿੰਦੇ ਬਾਕੀ ਸਾਰੇ ਕਰਦੇ ਏ ਕਿਹੜਾ ਰਿਆ ਗਣਾ ਵੀ ਕਰਦਾ ਹੀ ਹੋਊਗਾ ਸਹੀ ਕਹਿ ਰਹੇ ਹੋ ਇਹ ਨੌਬਤ ਕਿਉਂ ਆ ਗਈ ਤਖਤਾਂ ਦੇ ਜਥੇਦਾਰ ਪੰਜਾਂ ਤਖਤਾਂ ਦੇ ਜਥੇਦਾਰ ਅਸੀਂ ਤਾਂ ਸਮਝਦੇ ਪੰਜ ਪਰਮੇਸ਼ਰ ਅਤੇ ਪ੍ਰਮਾਤਮਾ ਦੇ ਰੂਪ ਨੇ ਉਹਨਾਂ ਦੇ ਉੱਤੇ ਕ腐ਸ਼ਨ ਦੇ ਦੋਸ਼ ਲੱਗਦੇ ਪਏ ਨੇ ਇੱਕ ਜਥੇਦਾਰ ਤੇ ਦੋਸ਼ ਲੱਗਦਾ ਪਿਆ ਕਿ ਵਿਦੇਸ਼ਾਂ ਤੋਂ ਪੈਸੇ ਇਕੱਠੇ ਕਰਕੇ ਲਿਆ 90 ਲੱਖ ਰੁਪਏ ਤੇ ਲਿਆ ਕੇ ਦਿੱਤਾ ਹੀ ਨਾ ਹਾਂਜੀ ਇੱਕ ਹੋਰ ਤੇ ਲੱਗਦਾ ਕਿ ਪੈਸੇ ਲੈ ਕੇ ਉਹਨੇ ਬੰਗਲੌਰ ਦੇ ਇੱਕ ਸਿੱਖ ਨੂੰ ਮਾਫ ਕਰਤਾ ਤੇ ਇੱਕ ਸਿੱਖ ਦੇ ਖਿਲਾਫ ਕੇਸ ਕਰ ਦਿੱਤਾ ਉਹਨੂੰ ਤਰਖਾਇਆ ਕਰਾਰ ਦਿੱਤਾ ਹਾਂਜੀ ਦੋਸ਼ ਲੱਗਦੇ ਪਹਿਲੇ ਹੁਣ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਦੇ ਵਿੱਚ ਇੱਕ ਸਟੇਟ ਵਿਦਨ ਸਟੇਟ ਹੈ ਸਰਕਾਰ ਦੇ ਵਿਚਾਲੇ ਸਰਕਾਰ ਇਹਦੇ ਕੋਲ ਕਿੰਨੇ ਸਾਰੇ ਖਾਲਸਾ ਸਕੂਲ ਨੇ ਕਾਲਜ ਨੇ ਬਹੁਤ ਕੁਝ ਨੇ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਲੋਕਾਂ ਦੇ ਜਜ਼ਬਾਤ ਜੋੜ ਕੇ ਉਹਨਾਂ ਨੂੰ ਆਖਿਆ ਜਾਂਦਾ ਕਿ ਸਿੱਖ ਧਰਮ ਲਈ ਆ ਕਰਨਾ ਆ ਕਰਨਾ ਆ ਕਰਨਾ ਪਰ ਅਸਲ ਵਿੱਚ ਸਿੱਖੀ ਦੇ ਨਾਂ ਦੇ ਉੱਤੇ ਰਾਜਨੀਤੀ ਵਾਸਤੇ ਵਰਤੋਂ ਹੋ ਰਹੀ ਆ ਕਾਣ ਹੋ ਰਿਹਾ ਸਿੱਖੀ ਦਾ ਇਹ ਤਮਾਸ਼ਾ ਨਹੀਂ ਬਣਿਆ ਪਿਆ ਕਿ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਾਂ ਜਨਰਲ ਸੈਕਟਰੀ ਹੋਵੇ ਤੇ ਉਹ ਉੱਥੇ ਕੰਮ ਕਰਨ ਦੇ ਬਜਾਏ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਜਣਾ ਆਫੀਸਰ ਔਨ ਸਪੈਸ਼ਲ ਡਿਊਟੀ ਓਐਸਡੀ ਲੱਗ ਜਾਵੇ ਹਾਂਜੀ ਦੂਜਾ ਡਿਪਟੀ ਮੁੱਖ ਮੰਤਰੀ ਦਾ ਓਐਸਡੀ ਲੱਗ ਜਾਵੇ ਇਥੋਂ ਪੰਜਾਬ ਸਰਕਾਰ ਦੇ ਖਜ਼ਾਨੇ ਚ ਪੈਸੇ ਲੈਣ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਲੈਣ ਦੋਨੋਂ ਪਾਸੇ ਹੀ ਇੱਕ ਹੀ ਤਮਾ ਚੱਲ ਰਿਹਾ ਇਹ ਜਿਹੜੀ ਤਮਾ ਹੈ ਜਿਹੜਾ ਪੈਸਾ ਮਾਇਆ ਮਨੁ ਨਾ ਵਿਸਰੇ ਮੰਗੇ ਦਮਦਮ ਇਹ ਮਾਇਆ ਨੇ ਇਹਨਾਂ ਨੂੰ ਇੰਨਾ ਜ਼ਿਆਦਾ ਵਿਗਾੜ ਦਿੱਤਾ ਕਿ ਐਸ ਵੇਲੇ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਗੁਰਦੁਆਰਾ ਪ੍ਰਬੰਧ ਘਟਿਆ ਮਾਇਆ ਦਾ ਮੋਹ ਵੱਧਿਆ ਗੋਲਕਾਂ ਵੱਲ ਮੂੰਹਾਂ ਤੇ ਗੁਰੂ ਵੱਲ ਪਿੱਠ ਹੈ ਉਹਦੇ ਵਿੱਚੋਂ ਸਿੱਖ ਸੰਗਤ ਨੇ ਆਪਣੇ ਨਮਾਇंदे ਆਪਣੇ ਪ੍ਰਤੀਨਿਧ ਚੁਣਨੇ ਆ ਬੜਾ ਔਖਾ ਇਮਤਿਹਾਨ ਹੈ ਸਿੱਖ ਸੰਗਤ ਦੇ ਸਾਹਮਣੇ ਡੈਮੋਕ੍ਰੇਸੀ ਦੇ ਬਾਕੀ ਧਾਰਿਆਂ ਨਾਲੋਂ ਪਾਰਲੀਮੈਂਟ ਤੇ ਅਸੈਂਬਲੀ ਦੇ ਨਾਲੋਂ ਵੀ ਔਖਾ ਇਮਤਿਹਾਨ ਹੈ ਕਿ ਸਿੱਖ ਵੋਟਰਾਂ ਨੇ ਉਹ ਚੁਣਨੇ ਆ ਜਿਹੜੇ ਗੋਲਕ ਨੂੰ ਗੋਲਕ ਗੁਰੂ ਕਾ ਪੈਸਾ ਜਿਹੜਾ ਉਹ ਸਮਝਣ ਸੱਤਾ ਬਲਵੰਡ ਗੁਰੂ ਘਰ ਦੇ ਕੀਰਤਨੀਏ ਹੁੰਦੇ ਸੀ ਹਾਂਜੀ ਗੋਲਕ ਦਾ ਧਾਨ ਤੇ ਉਹਨਾਂ ਨੂੰ ਕਹਿੰਦੇ ਨਹੀਂ ਸੀ ਪਚਿਆ ਪਰ ਇਥੋਂ ਆਣਾਂ ਦਾ ਹਾਜਮਾ ਕਿੰਨਾ ਕਿ ਜ਼ਬਰਦਸਤ ਹੈ ਕਿ ਗੋਲਕਾਂ ਵਿੱਚ ਚਬੀ ਜਾਂਦੇ ਆ ਗੁਰੂ ਕੀ ਗੋਲਕ ਦੇ ਵਿੱਚੋਂ ਆਇਆ ਸੀਮੈਂਟ ਲੋਹਾ ਵੀ ਚਬੀ ਜਾਂਦੇ ਆ ਸਾਡੀ ਖੁਸ਼ੀ ਅਸੀਂ ਵਿਸ਼ ਕਰਦੇ ਹਾਂ ਅਸੀਂ ਕਾਮਨਾ ਕਰਦੇ ਹਾਂ ਕਿ ਦਿੱਲੀ ਦੇ ਸਿੱਖ ਇਸ ਇਮਤਿਹਾਨ ਚੋਂ ਪਾਸ ਹੋਣਗੇ ਜੇ ਸਾਰੇ ਨਹੀਂ ਤੇ ਕੁਝ ਨਾ ਕੁਝ ਚੱਜ ਦੇ ਨਮਾ ਦੇ ਜ਼ਰੂਰ ਚੁਣ ਕੇ ਭੇਜਣਗੇ ਆਸ ਰੱਖੀ ਜਾ ਸਕਦੀ ਹੈ ਜੀ 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 ਬਿਲਕੁਲ ਸਹੀ ਕਹਿ ਰਹੇ ਪੰਨੂ ਸਾਹਿਬ ਤੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਸਮਾਂ ਹੋ ਗਿਆ ਛੋੜ ਜੀ ਬ੍ਰੇਕ ਦਾ ਤੁਸੀਂ ਕੀਤੇ ਨਾ ਜਾਣ ਕਿਉਂਕਿ ਮੁੱਦੇ ਸਾਡੇ ਕੋਲ ਹੋਰ ਵੀ ਨੇ ਬਟ ਇਹਨੂੰ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਰਜੀਂਦਰ ਪੰਨੂ ਜੀ ਦੇ ਨਾਲ ਉਹ ਵੀ ਹਾਜ਼ਰ ਹੈ ਚੰਚ ਦਾ ਵੀ ਚਾ ਪ੍ਰੇਖਤ ਬਾਤ ਉਹਦਾ ਸਾਰੰਸ਼ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਜੇਂਦਰ ਪਨੋਜੀ ਦੇ ਵਿੱਚ ਪਨੋ ਸਾਹਿਬ ਪੰਜਾਬ ਦੇ ਵਿੱਚ ਜਿਹੜੀ ਐਸਵਾਈਐਲ ਨੂੰ ਪੁੱਟਣ ਦਾ ਜਿਹੜਾ ਹਰਿਆਣੇ ਦੀ ਪਾਰਟੀ ਅਨੈਲੋ ਨੇ ਐਲਾਨ ਕੀਤਾ ਸੀ ਫਾਈਨਲੀ ਉਹ ਦਿਨ ਆ ਗਿਆ ਤੇ ਉਸੇ ਨੂੰ ਲੈ ਕੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਨੇ ਕੁਝ ਵੀ ਨਹੀਂ ਕਿਹਾ ਪਰ ਉਹਨਾਂ ਨੇ ਵੀ ਹੁਣ ਆਪਣੀ ਚੁੱਪੀ ਤੋੜ ਦਿੱਤੀ ਹੈ ਤੇ ਜਿਹੜੀ ਪੰਜਾਬ ਪੁਲਿਸ ਆ ਉਹ ਵੀ ਪੱਕੇ ਨਾਕੇ ਲਾ ਕੇ ਡਟ ਗਈ ਹੈ ਮਤਲਬ ਸੁਰੱਖਿਆ ਦੇ ਪ੍ਰਬੰਧਾਂ ਦੀ ਜੇ ਗੱਲ ਕਰੀ ਤਾਂ ਕਾਫੀ ਪੁਕਤਾ ਕਰ ਦਿੱਤੇ ਗਏ ਨੇ ਪਰ ਜੇ ਗੱਲ ਆਪਾਂ ਤਈ ਫਰਵਿਧੀ ਕਰੀਏ ਤਾਂ ਉਸ ਦਿਨ ਕਿਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਹੈ ਦੇਖੋ ਮਾਹੌਲ ਖਰਾਬ ਹੋ ਸਕਦਾ ਔਰ ਇੰਨਾ ਡਰ ਇਸ ਗੱਲ ਦਾ ਪਿਆ ਹੈ ਕਿ ਵਿਦੇਸ਼ਾਂ ਤੋਂ ਸਾਨੂੰ ਫੋਨ ਆਉਂਦੇ ਆ ਕਿ ਸਾਡੀ ਫਲਾਈਟ ਕੋਈ ਕਹਿੰਦਾ ਜੇ 22 ਤਰੀਕ ਅੱਧੀ ਰਾਤ ਤੋਂ ਬਾਅਦ ਲੱਗਣੀ ਆ ਤੇ 23 ਨੂੰ ਅਸੀਂ ਹਰਿਆਣੇ ਚੋਂ ਲੱਗਣਾ ਕੋਈ ਕਹਿੰਦਾ 23 ਨੂੰ ਸਵੇਰੇ ਕੋਈ ਕਹਿੰਦਾ 23 ਨੂੰ ਦੁਪਹਿਰੇ ਕਿੱਧਰ ਜਾਵਾਂ ਹਾਂਜੀ ਤੇ ਸਾਡੇ ਕੋਲ ਵੀ ਕੋਈ ਰਸਤਾ ਨਹੀਂ ਅਸੀਂ ਸਾਰਿਆਂ ਨੂੰ ਕਹਿੰਨੇ ਆ ਕਿ ਰਿਸਕ ਨਾ ਲਿਓ ਜੇ ਦਿੱਲੀ ਤੋਂ ਚੰਡੀਗੜ੍ਹ ਜਾਂ ਅਮਰਸਰ ਦੀ ਫਲਾਈਟ ਮਿਲਦੀ ਹੈ ਤੇ ਲੈ ਕੇ ਆਜੋ ਹਰਿਆਣੇ ਚ ਗੜਬੜ ਹੋ ਸਕਦੀ ਹੈ ਗੜਬੜ ਕਿਉਂ ਹੋ ਸਕਦੀ ਹੈ? ਇੰਡੀਅਨ ਨੈਸ਼ਨਲ ਲੋਕ ਦਲ ਜਿਹਨੂੰ ਅਨੈਲੋ ਕਹਿੰਦੇ ਉਸ ਪਾਰਟੀ ਨੇ ਇਹ ਮੋਰਚਾ ਲਾ ਦਿੱਤਾ ਕਿ ਪੰਜਾਬ ਦੇ ਵਿੱਚੋਂ ਆਉਂਦੀ ਸਤਲੁਜ ਜਮਨਾ ਲਿੰਕ ਨਹਿਰ ਜਿਹੜੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਹੁਣ ਨਹਿਰੀ ਨਿਰਯਾਗੀ ਅਸੀਂ ਦਾ ਜ਼ਮੀਨ ਵੀ ਕਿਸਾਨਾਂ ਨੂੰ ਵਾਪਸ ਕਰਤੀ। ਹਾਂਜੀ। ਇਹ ਕਹਿੰਦੇ ਅਸੀਂ ਪੁੱਟਣਾ। ਉਹਨਾ ਆਪਣੇ ਰਾਜ ਵਿੱਚ ਕੁਝ ਕਰਨਾ ਹਰਿਆਣੇ 'ਚ ਕਰਦੇ ਰਹਿਣ ਪੰਜਾਬ ਵਿੱਚ ਆ ਕੇ ਇਸ ਤਰ੍ਹਾਂ ਦਾ ਦਖਲ ਦੇਣ ਇਹ ਬਤਮੀਜੀ ਆ ਸਿਆਸੀ ਬਤਮੀਜੀ। ਹਾਂਜੀ। ਪੰਜਾਬ ਵਿੱਚ ਸਰਕਾਰ ਆ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਛੋਟੇ ਬਾਦਲ ਦੇ ਜਿਹੜੇ ਹਰਿਆਣੇ ਤੋਂ ਚਟਾਲਾ ਸਾਹਿਬ ਤੇ ਉਹਨਾਂ ਦੇ ਪੁੱਤਰ ਮੋਰਚਾ ਲਾਉਣ ਦੇ ਇਹ ਤੇ ਬਾਦਲ ਪਰਿਵਾਰ ਆਪੋ ਵਿੱਚ ਇੱਕੋ ਕੋੜਮਾ ਮੰਨਿਆ ਜਾਂਦਾ ਹਾਂਜੀ ਕਿਉਂਕਿ ਚਟਾਲਿਆਂ ਦਾ ਬਾਪੂ ਜਿਹੜਾ ਹੁਣ ਦੁਨੀਆ ਤੇ ਨਹੀਂ ਚੌਧਰੀ ਦੇਵੀ لال ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੱਗਵਟ ਵੱਡਾ ਭਰਾ ਸੀ ਇੰਨੀ ਸਾਂਝ ਦੇ باوجود ਉਹ ਮੋਰਚਾ ਲਾ ਰਹੇ ਪਹਿਲੇ ਚੁੱਪ ਕਿਤੇ ਰਹੇ ਤੇ ਹੁਣ ਮੁੱਖ ਮੰਤਰੀ ਬਾਦਲ ਸਾਹਿਬ ਨੇ ਅਮਰੀਕਾ ਤੋਂ ਵਾਪਸ ਆ ਕੇ ਕਹਤਾ ਅਸੀਂ ਇੱਥੇ ਬਿਲਕੁਲ ਨਹੀਂ ਕਰਨ ਵੜਨਦੇ ਆਂਗੇ ਅਸੀਂ ਸਖਤੀ ਕਰਾਂਗੇ ਕਿਤੇ ਸਖਤੀ ਕਰਾਂਗੇ ਆਪਣੇ ਪਾਗਵਟ ਭਰਾ ਦੇ ਪੁੱਤਰ ਤੇ ਪੁੱਤਰਾਂ ਤੇ ਸਖਤੀ ਕਰੋਗੇ ਜਿਹੜੀ ਤੁਹਾਂ ਕਰਨੀ ਕਦੇ ਨਹੀਂ ਹਾਂਜੀ ਜਦੋਂ ਪ੍ਰਕਾਸ਼ ਚਟਾਲਾ ਤਿਹੜ ਜੇਲ੍ਹ ਦੇ ਵਿੱਚ ਦਿੱਲੀ ਸੀ ਉਦੋਂ ਤਾਂ ਉਹਨਾਂ ਦੀ ਸਾਰੀ ਚੋਣ ਮੂਹੇ ਮਜਾ ਕੇ ਤੁਸਾ ਲੜੀ ਜਿੰਨੇ ਬੰਦੇ ਉਹਨਾਂ ਦੇ ਜਿੱਤ ਗਏ ਤੇ ਅੱਜ ਮੋਰਚਾ ਲਾਉਣ ਆ ਰਹੇ ਹੋ ਸਾਰਿਆਂ ਨੂੰ ਜਿਤਾ ਕੇ ਤੇ ਤੁਸੀਂ ਆਏ ਹੋ ਤੁਸੀਂ ਆਏ ਹੋ ਹਾਂਜੀ ਉਹਨਾਂ ਨੂੰ ਮੋਰਚਾ ਲਾਉਣ ਜੋਗੇ ਤੇ ਤੁਸੀਂ ਕੀਤਾ ਉਹ ਤਾਂ ਮਰੇ ਪੈ ਸਨ ਜਦੋਂ ਚਟਾਲੇ ਨੂੰ 10 ਸਾਲ ਕੈਦ ਦੀ ਸਜ਼ਾ ਹੋ ਗਈ ਸੀ ਤੇ ਕੈਦ ਦੀ ਸਜ਼ਾ ਵੀ ਨੰਗੀ-ਮੁੰਗੀ ਕ腐ਪਸ਼ਨ ਚ ਹੋਈ ਸੀ ਉਹਨਾਂ ਨੂੰ ਤੇਨੇ ਜੋਗੇ ਤੁਸੀਂ ਕਰਕੇ ਆਏ ਸੀ ਇਹ ਸਾਰਾ ਡਰਾਮਾ ਕਿ ਤੁਸੀਂ ਉੱਥੋਂ ਭੀੜ ਲੈ ਕੇ ਆਓ ਅਸੀਂ ਇੱਥੋਂ ਭੀੜ ਪੜਕਾਵਾਂਗੇ ਦੋਹਾਂ ਦਾ ਆਪਸ ਵਿੱਚ ਟਕਰਾਅ ਕਰਾਵਾਂਗੇ ਉਹ ਟਕਰਾਅ ਦੇ ਵਿੱਚੋਂ ਰਾਜਨੀਤੀ ਹੋਵੇਗੀ ਤੁਸੀਂ ਆਪਣੇ ਥਾਂ ਕਰਿਓ ਅਸੀਂ ਆਪਣੇ ਥਾਂ ਤੇ ਕਰਿਓ ਲੋੜ ਕੀ ਪੰਜਾਬ ਚ ਅਸੈਂਬਲੀ ਦੀਆਂ ਵੋਟਾਂ ਪੈ ਗਈਆਂ ਨੇ ਨਤੀਜਾ ਜੇ ਹੋਣਾ ਹਾਂਜੀ ਵੋਟਾਂ ਪੈਣ ਤੇ ਨਤੀਜਾ ਆਉਣ ਤੋਂ ਪਹਿਲਾਂ ਅਧ ਵਿਚਾਲੇ ਇਹ ਦਿਨ ਕਿਉਂ ਮੱਧਿਆ ਗਿਆ ਚਾਰ ਨੂੰ ਵੋਟਾਂ ਪਈਆਂ 19 ਦਿਨ ਬਾਅਦ 23 ਤਰੀਕ ਨੂੰ ਮੋਰਚਾ ਲੱਗ ਰਿਹਾ 23 ਤੋਂ ਬਾਅਦ ਫਿਰ ਜਾ ਕੇ ਅਜੇ 11 ਮਾਰਚ ਨੂੰ ਨਤੀਜਾ ਹੋਣਾ ਇਹ ਅਧ ਵਿਚਾਲੇ ਦਾ ਮਹੂਰਤ ਕਿਹੜੇ ਸਿਆਸੀ ਪੰਦੇ ਨੇ ਕੱਢਿਆ ਚੌਧਰੀ ਹਮਪਰ ਦਾ ਛਟਾਲਾ ਕਹਿੰਦਾ ਇਹ ਗੱਲ ਮੈਂ ਨਹੀਂ ਕਦੇ ਵੀ ਕਹੀ ਕਿ ਮੁੱਖ ਮੰਤਰੀ ਬਾਦਲ ਤੇ ਛੋਟੇ ਬਾਦਲ ਦੀ ਪਾਰਟੀ ਦੀਆਂ 10-15 ਸੀਟਾਂ ਆਉਣੀਆਂ। ਅਸੀਂ ਕਿਹਨੇ ਚੋਣ ਲੜਦੇ ਕੀ ਪਤਾ ਉਹਨਾਂ ਨੇ ਤੀਸਰੀ ਵਾਰ ਰਾਜ ਹੀ ਨਹੀਂ ਬਣਾ ਜਣਾ। ਅਖੀਰਲੀ ਰਾਜ ਸੱਚੇ ਸੌਦੇ ਵਾਲਿਆਂ ਦੀ ਮਿਹਰ ਹੋਈ ਹੋ ਸਕਦੀ ਹੈ। ਪਰ ਉਹਨਾਂ ਦਾ ਭਾਈਬੰਧ ਹੋਂਪ੍ਰਕਾਸ਼ ਚਟਾਲਾ ਕਹਿੰਦਾ ਬਾਦਲ ਕਾਲੀ ਦਲ ਦੀਆਂ 10 ਕ ਸੀਟਾਂ ਆਉਣੀਆਂ। ਬਹੁਤੀਆਂ ਆਈਆਂ ਤੇ 15 ਆਉਣੀਆਂ। ਉਹਨੂੰ ਉੱਥੇ ਬੈਠੇ ਨੂੰ ਪਤਾ ਪਤਾ ਤਾਂ ਹੈ ਕਿ ਇਹਨਾਂ ਨੇ ਉਹਦੇ ਕੋਲ ਮੰਨਿਆ ਹੋਵੇਗਾ ਕਿ ਆਪਣੀਆਂ ਇਸ ਵਾਰੀ ਇੰਨੀਆਂ ਕਿਉਂ ਆਉਣੀਆਂ? ਬਹੁਤੀ ਹੈ ਨਹੀਂ। ਬਿਲਕੁਲ। ਜੇ ਇਹਨਾਂ ਨੂੰ ਵੀ ਪਤਾ ਤੇ ਉਹਨਾਂ ਨੂੰ ਵੀ ਪਤਾ। ਤੇ ਵੋਟਾਂ ਪੈਣ ਤੇ ਵੋਟਾਂ ਗਿਣਨ ਦੇ ਵਿਚਾਲੇ ਮੋਰਚਾ ਲਾਉਣ ਦਾ ਮਤਲਬ ਇਹ ਆ ਕਿ ਇਹਨਾਂ ਨੂੰ ਵੀ ਗੱਦੀ ਛੱਡਣ ਤੋਂ ਬਾਅਦ ਕੋਈ ਮੁੱਦਾ ਚਾਹੀਦਾ ਜਿਹਦੇ ਉੱਤੇ ਰਾਜਨੀਤੀ ਕਰ ਸਕਣ ਉਹ ਵੀ ਬੜੇ ਚਿਰ ਦੇ ਰਾਜ ਤੋਂ ਪਾਸੇ ਆ ਪਹਿਲਾ 10 ਸਾਲ ਤੱਕ ਭੁਪਿੰਦਰ ਸਿੰਘ ਹੁੰਦਾ ਕਾਂਗਰਸ ਪਾਰਟੀ ਦਾ ਲਗਾਤਾਰ ਰਾਜ ਕਰਦਾ ਰਿਹਾ ਦੋ ਵਾਰੀਆਂ ਹੋ ਕਰ ਗਏ ਹਾਂਜੀ ਐਸ ਵਾਰੀ ਇਹਨਾਂ ਨੂੰ ਝਾਕ ਸੀ ਕਿ ਸਾਡੀ ਵਾਰੀ ਆ ਜਣੀ ਹੈ ਤੇ ਬਾਪੂ ਨੂੰ ਕਹਿ ਦੋਗੀ ਪੈਰ ਥੱਲੇ ਆਉਂਦਾ ਆਂਦਾ ਬਟੇਰਾ ਉੱਡ ਗਿਆ ਤੇ ਭਾਜਪਾ ਦੇ ਕੋਠੇ ਤੇ ਜਾ ਬੈਠਾ ਹਾਂਜੀ ਅੱਗੋਂ ਭਾਜਪਾ ਵਾਲੇ ਵੀ ਦਾਅ ਖੇਡਦੇ ਪੰਜਾਬ ਦੇ ਬੀਜੇਪੀ ਵਾਲੇ ਕਹਿੰਦੇ ਪਾਣੀ ਦਿੱਤੇ ਪਨੇ ਹਰਿਆਣਾ ਨੂੰ ਦੇਣੀ ਹਰਿਆਣਾ ਦੇ ਬੀਜੇਪੀ ਵਾਲੇ ਕਹਿੰਦੇ ਆ ਜੀ ਅਸੀਂ ਪਾਣੀ ਲੈ ਕੇ ਰਹਿਣਾ ਤੇ ਉੱਥੇ ਦਿੱਲੀ ਵਿੱਚ ਬੈਠਾ ਇਹਨਾਂ ਦਾ ਸਭ ਤੋਂ ਵੱਡਾ ਲੀਡਰ ਨਰਿੰਦਰ ਮੋਦੀ ਉਹ ਤੋਂ ਪਹਿਲਾਂ ਆਵਾਜ਼ ਪਾਈ ਵੀ ਉਹ ਕਹਿੰਦੇ ਰਿਹਾ ਜੀ ਅਸੀਂ ਤਾਂ ਸਾਰੇ ਦੇਸ਼ ਦੇ ਦਰਿਆ ਉੰਜ ਹੀ ਥੱਲੇ ਥੱਲੇ ਸੁਰੰਗਾ ਪੁੱਟ ਕੇ ਕਦੀ ਨਾਲ ਜੋੜ ਦੇਣੀ ਆ ਜਿੱਥੇ ਲੋਟਪੇ ਪਾਣੀ ਕੱਢ ਦੇਣਾ ਤੁਸੀਂ ਜੋੜ ਦਿਓਗੇ ਪਰ ਕੁਦਰਤ ਦੇ ਨਿਯਮ ਤਾਂ ਨਹੀਂ ਤੁਸੀਂ ਬਦਲ ਸਕਦੇ ਤੁਸੀਂ ਸੁਰੰਗਾ ਪੁੱਟ ਸਕਦੇ ਪਾਣੀ ਜੋੜ ਸਕਦੇ ਆ ਕੁਦਰਤ ਦਾ ਇਹ ਨਿਯਮ ਤਾਂ ਫੇਰ ਰਹਿਣਾ ਨਾ ਕਿ ਉੱਚੇ ਥਾਂ ਤੋਂ ਪਾਣੀ ਨੀਵੇਂ ਨੂੰ ਵਗੂਗਾ। ਸਾਨੂੰ ਕਿਵੇਂ ਰੋਕ ਦੂੰਗੇ? ਚੰਡੀਗੜ੍ਹ ਦਾ ਪਾਣੀ ਤੁਸੀਂ ਸ਼ਿਮਲੇ ਤਾਂ ਨਹੀਂ ਚਾੜ੍ਹ ਸਕਦੇ, ਸ਼ਿਮਲੇ ਦਾ ਹੀ ਥੱਲੇ ਆਊਗਾ, ਸ਼ਿਮਲਾ ਉੱਚੇ ਥਾਂ। ਹਾਂਜੀ। ਜੇ ਤੁਸੀਂ ਸੁਰੰਗਾਂ ਬਣਾ ਦੇਓਗੇ। ਪੰਜਾਬ ਦਾ ਪਾਣੀ ਹਰਿਆਣਾ ਨੂੰ ਵੀ ਜਾ ਸਕਦਾ, ਮੱਧ ਪ੍ਰਦੇਸ਼ ਨੂੰ ਵੀ ਜਾ ਸਕਦਾ, ਮਹਾਰਾਸ਼ਟਰ, ਗੋਆ ਨੂੰ, ਗੁਜਰਾਤ ਨੂੰ ਵੀ ਜਾ ਸਕਦਾ। ਕਦੇ ਤੁਸੀਂ ਕੇਰਲਾ ਦਾ ਪਾਣੀ ਪੰਜਾਬ ਨੂੰ ਲਿਆ ਸਕਦੇ? ਜਦੋਂ ਪਹਿਲਾਂ ਆਵਾਜ਼ਪਾਈ ਨੇ ਆਖਿਆ, ਜਦੋਂ ਨਰਿੰਦਰ ਮੋਦੀ ਨੇ ਆਖਿਆ ਕਿ ਅਸੀਂ ਸੁਰੰਗਾਂ ਬੁੜ ਪੁੱਟ ਕੇ ਤੇ ਸਾਰੇ ਦੇਸ਼ ਦੇ ਦਰਿਆਵਾਂ ਦਾ ਪਾਣੀ ਜੋੜ ਦੇਣਾ ਤੇ ਇੱਕ ਦੂਸਰੇ ਦਰਿਆਵਾਂ ਨੂੰ ਪਾਣੀ ਦਿਆ ਕਰਨਾ ਹਾਂਜੀ ਉਦੋਂ ਬਾਦਲ ਸਾਹਿਬ ਨੇ ਵਿਰੋਧ ਕੀਤਾ ਹੀ ਨਹੀਂ ਇਹਨਾਂ ਨੂੰ ਨਹੀਂ ਪਤਾ ਕਿ ਸਾਰਾ ਸਾਡੀ ਭੂਰੀ ਤੇ ਇਕੱਠ ਹੁੰਦਾ ਪਿਆ ਸਾਡਾ ਪਾਣੀ ਖੋਣ ਦਾ ਇੱਕ ਤਰੀਕਾ ਧਰਤੀ ਦੇ ਥੱਲੇ ਥੱਲੇ ਪੁੱਟਿਆ ਜਾ ਰਿਹਾ ਥੱਲੇ ਥੱਲੇ ਸੁਰੰਗਾਂ ਜਾ ਰਹੀਆਂ ਨੇ ਉਦੋਂ ਇਹਨਾਂ ਨੇ ਕੋਈ ਗੱਲ ਨਹੀਂ ਆਖੀ ਉਹ ਆਪਣੀ ਪਾਰਟੀ ਆ ਆਪਣੀ ਪਾਰਟੀ ਹੈ ਜੇ ਤੇ ਕਾਂਗਰਸੀ ਰਾਜ ਹੋਵੇ ਪੰਜਾਬ 'ਚ Rajasthan ਨੂੰ ਪਾਣੀ ਦਿੱਤਾ ਜਾਵੇ ਤੇ ਬਾਦਲ ਸਾਹਿਬ ਕਹਿੰਦੇ ਮੈਂ ਮੋਰਚਾ ਲਾਉਂਗਾ ਪਰ ਜੇ ਉੱਥੇ ਬੀਬੀ ਸੁਬਸੰਦਰਾ ਰਾਜੇ ਹੋਵੇ ਭਾਜਪੀ ਦੀ ਫਿਰ ਪਾਣੀ ਦੇਈ ਜਾਂਦੇ ਉਹਦੀ ਕੋਈ ਜ਼ਿਕਰ ਹੀ ਨਹੀਂ ਕਰਦੇ ਤੇ ਹਰਿਆਣੇ ਨਾਲ ਮੋਰਚਾ ਇਸ ਕਰਕੇ ਲਾਇਆ ਜਾ ਰਿਹਾ ਕਿਉਂਕਿ ਹਰਿਆਣੇ 'ਚ ਆਪਣੇ ਬੰਦਿਆਂ ਦੀ ਸਰਕਾਰ ਨਹੀਂ ਜੇ ਅੱਜ ਉੱਥੇ ਚਟਾਲੇ ਦੀ ਸਰਕਾਰ ਹੁੰਦੀ ਨਾ ਬਾਦਲ ਨੇ ਮੋਰਚਾ ਲੁਣਾ ਹੁੰਦਾ ਚਟਾਲੇ ਦੇ ਅੰਦਰ ਨੂੰ ਮੁੰਨਾਰ ਪੁੱਟਣਾ ਹੁੰਦਾ ਇਹ ਸਾਰੀ ਗਣੀ ਮਿੱਠੀ ਰਾਜਨੀਤੀ ਹੋ ਰਹੀ ਹੈ ਬਦਕਿਸਮਤੀ ਇਹ ਹੈ ਕਿ ਇਸ ਰਾਜਨੀਤੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਤੇ ਹਰਿਆਣੇ ਦੇ ਲੋਕਾਂ ਨੂੰ ਲੜਾਇਆ ਜਾ ਰਿਹਾ ਅੱਗੇ 12 ਸਾਲ ਪੰਜਾਬ ਅੰਨੇ ਗਲੇ 'ਚ ਘੁੰਮਦਾ ਰਿਹਾ ਅਸੀਂ 25000 ਪੰਜਾਬੀਆਂ ਦੀਆਂ ਜਾਨਾਂ ਦੇਖ ਕੇ ਤੇ ਉਹਦੇ ਚੋਂ ਨਿਕਲੇ ਸਾਂ ਹਾਂਜੀ ਜਿਹੜੇ 25000 ਮਾਰੇ ਗਏ ਉਹਨਾਂ ਚ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਸੀ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਲੜਾਈ ਕੀ ਦੀ ਕੀਦੇ ਨਾਲ ਤੇ ਕਿਹੜੀ ਗੱਲ ਤੋਂ ਹੁੰਦੀ ਪਈ ਹੈ ਤੇ ਉਹਦਾ ਮੁੱਢ ਕਿੱਥੋਂ ਵੱਜਿਆ ਸੀ ਕਪੂਰੀ ਚੰ드ਰਾ ਗਾਂਧੀ ਨਹਿਰ ਦਾ ਟੱਪ ਲਾਉਣ ਆ ਗਏ ਵਿਰੋਧ ਕਰਨ ਚਲੇ ਗਏ ਉੱਥੇ ਮੋਰਚਾ ਲੱਗ ਗਿਆ ਪਰਲੇ ਪਾਸਿਓਂ ਚੌਧਰੀ ਦੇਵਿ ਲਾਲ ਉਹਨੇ ਨਹਿਰ ਦੇ ਪੱਖ ਚ ਜਾ ਕੇ ਵਿਰੋਧ ਚ ਜਾ ਕੇ ਫਿਰ 1982 ਚ ਐਸਆਈ ਗੇਮਾ ਹਾਂ ਦਿੱਲੀ ਇਹਨਾਂ ਨੇ ਅਕਾਲੀਆਂ ਨੇ ਕਹਿ ਤਾ ਕਿ ਸਾਡਾ ਪਾਣੀ ਖੋਇਆ ਤੇ ਅਸੀਂ ਇੱਥੇ ਖੇਡਾ ਨਹੀਂ ਹੋਣ ਦਰੀਆਂ ਦਿੱਲੀ 'ਚ ਹਾਂਜੀ ਏਸ਼ੀਅਨ ਗੇਮਸ ਨਹੀਂ ਹੋਣ ਦਰੀਆਂ ਅਸੀਂ ਉੱਥੇ ਜਾ ਕੇ ਵਿਗਨ ਪਾਵਾਂਗੇ ਤੇ ਇੰਦਰਾ ਗਾਂਧੀ ਨੇ ਮੁੱਖ ਮੰਤਰੀ ਭਜਨ ਲਾਲ ਹੁੰਦਾ ਸੀ ਹਰਿਆਣੇ 'ਚ ਉਹਨੂੰ ਕਹਿ ਤਾ ਅਕਾਲੀਆਂ ਨੂੰ ਵੜ ਨਾ ਦੇਣਾ ਬਾਦਲ ਸਾਹਿਬ ਤਾਂ ਟਰੱਕ ਡਰਾਈਵਰ ਬਣ ਕੇ ਦਿੱਲੀ ਪਹੁੰਚੇ ਸੀ ਕੁਰਤਾ ਪਜਾਮਾ ਪਾ ਕੇ ਠੱਠੀ ਭੱਗ ਬਣ ਕੇ ਪੁਲਿਸ ਨੂੰ ਭੁਲੇਖਾ ਪਾ ਕੇ ਹਾਂਜੀ ਬਾਕੀ ਅਜੇ ਕੋਈ ਚਲਾ ਗਿਆ ਕੋਈ ਰਹਿ ਗਿਆ ਪਰ ਸਿੱਖਾਂ ਦੀ ਹਰਿਆਣੇ 'ਚ ਉਦੋਂ ਏਸ਼ੀਅਨ ਗੇਮਸ ਦਾ ਕਰਕੇ ਰੋਕ ਰੋਕ ਕੇ ਬੱਸਾਂ ਤੋਂ ਲਾਹ ਲਾ ਕੇ ਜਿੰਨੀ ਉਸ ਬੇਇੱਜ਼ਤੀ ਦੀ ਕੁੜਤਨ ਪੰਜਾਬੀਆਂ ਵੀ ਭੁਗਤੀ ਦਿੱਲੀ ਦੇ ਵਿੱਚ ਵੀ ਭੁਗਤੀ ਗਈ ਹਰਿਆਣਾ ਦੇ ਵਿੱਚ ਵੀ ਭੁਗਤੀ ਗਈ ਤੇ ਦੁਨੀਆ ਭਰ ਚ ਅੱਜ ਤੱਕ ਉਹ ਕੁੜਤਨ ਕਾਇਮ ਆ ਕਾਇਮ ਹੈ ਕਿਉਂ ਇਹ ਹੁਣ ਇੱਕ ਵਾਰੀ ਫੇਰ ਦੋਵਾਂ ਰਾਜਾਂ ਦੇ ਲੋਕਾਂ ਨੂੰ ਉਸ ਪੁੱਠੇਰਾ ਪਾਉਣਾ ਚਾਹੁੰਦੇ ਆ ਇਹਦੇ ਚ ਲੋਕਾਂ ਨੂੰ ਸਮਝਣਾ ਪਊ ਕਿ ਲੜਾਈ ਸਾਡੀ ਨਹੀਂ ਇਹ ਮਤ ਸਮਝੀਏ ਕਿ ਮਾਂ ਭਾਰਤ ਹੋਇਆ ਸੀ ਮਾਂ ਭਾਰਤ ਦੇ ਵਿੱਚ ਚਾਚੇ ਤੇ ਤਾਏ ਦੇ ਪੁੱਤ ਇੱਕ ਪਾਸੇ ਪਾਂਡਵ ਸਨ ਦੂਜੇ ਪਾਸੇ ਕੌਰੂਸਨ ਚਾਚੇ ਤੇ ਤਾਏ ਦੇ ਪੁੱਤ ਲੜੇ ਸੀ ਹਾਂਜੀ ਨਾ ਉਹ ਮਰੇ ਸੀ ਨਾ ਉਹ ਮਰੇ ਸੀ ਦੁਮਾ ਨੇ ਫੌਜ ਮਰਵਾਈ ਸੀ ਫੌਜ ਅਗਲੇ ਪਾਸੇ ਲੜਦੀ ਸੀ ਨਾ ਫੌਜ ਲੜਦੀ ਆਪ ਤਾਂ ਪਿੱਛੇ ਸੀ ਉਹੀ ਹਾਲ ਪੰਜਾਬ ਦੀ ਜਨਤਾ ਦਾ ਅੱਜ ਜੋ ਕੁਝ ਹੁੰਦਾ ਪਿਆ ਇਹਦੇ ਵਿੱਚ ਵੀ ਚਾਚੇ ਤੇ ਤਾਏ ਦੇ ਪੁੱਤ ਦੁਮਾ ਪਾਸੇ ਤੋਂ ਰਾਜਨੀਤੀ ਖੇਡ ਰਹੇ ਆ ਇਹਨਾਂ ਨੇ ਵੀ ਬੰਦਿਆਂ ਨੂੰ ਕਹਿਣਾ ਹੋ ਜੋ ਸ਼ੇਰੋ ਉਹਨਾਂ ਨੇ ਵੀ ਬੰਦੇ ਲਾਉਣੇ ਆਪ ਪਿੱਛੇ ਚਟਾਲੇ ਬਹਿਣਗੇ ਚਟਾਲੇ ਅੰਬਾਲੇ ਹੋਣਗੇ ਭੀੜੱਕ ਗਏ ਹੋਵੇਗੀ ਇਹਦੇ ਤੋਂ ਦੁਮਾ ਰਾਜਾਂ ਦੇ ਲੋਕਾਂ ਨੂੰ ਸਮਝਣਾ ਪਊ ਨਹੀਂ ਤੇ ਜੇ ਇਹ ਹਾਲਾਤ ਵਿਗੜ ਗਏ ਤੇ ਫਿਰ ਉਰਦੂ ਦਾ ਇੱਕ ਸ਼ੇਰ ਹੈਗਾ ਉਹ ਵਕਤ ਵੀ ਦੇਖਾ ਤਾਰੀਖ ਦੀ ਘੜੀਆਂ ਨੇ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜਾ ਪਾਈ ਕਿਤੇ ਪਲਾਂ ਦੀ ਗਲਤੀ ਸਦੀਆਂ ਤੱਕ ਨਾ ਭੁਗਤਨੀ ਪਾਜੇ ਸੰਭਲਣਾ ਪਊਗਾ ਸੰਭਲਣਾ ਪਊਗਾ ਔਰ ਪੰਜਾਬ ਦੀ ਜਨਤਾ ਨੂੰ ਵੀ ਇਸ ਬਾਰੇ ਸੋਚਣਾ ਪਊਗਾ ਪਰ ਉਸਾ ਪ੍ਰੋਗਰਾਮ ਦੇ ਵਿੱਚ ਫਿਲਹਾਲ ਸਮਾ ਹੋ ਗਏ ਖੋਰ-ਚੋਰ ਜੀ ਬ੍ਰੇਕ ਦਾ ਤੁਸੀਂ ਕਿਤੇ ਨਾ ਜਾਣ ਤੇ ਬਣ ਰਹੋ ਸਾਡੇ ਨਾਲ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪਾਣੋ ਜੀ ਦੇ ਨਾਲ ਖਬਰਾਂ ਦੇਸ਼ ਬੁਲੇਟਿਨ ਵਿੱਚ ਮੈਂ ਹਾਂ ਚਮਨ ਕੁਮਾਰ ਅੱਜ ਦੇ ਪ੍ਰੋਗਰਾਮ ਮੁੱਦੇ ਗੱਡੇ ਰਹਿਣਗੇ ਬਸ ਪਾਗਲੇ ਆਣ ਲਈ ਮੇਰੇ ਨਾਲ ਨੇ ਸ਼੍ਰੀ ਪੰਗਾ ਜੇ ਇਹਨੇ ਸਾਲਾਂ ਚ ਟੀਵੀ ਸੈੱਟ ਬਦਲ ਸਕਦਾ ਤਾਂ ਟੀਵੀ ਪ੍ਰੋਗਰਾਮ ਕਿਉਂ ਨਹੀਂ ਹੁਣ ਪ੍ਰਾਈਮੇਸ਼ਾ ਟੀਵੀ ਲੈ ਕੇ ਆਇਆ ਹੈ ਉਹ ਚੇਂਜ ਮੈਂ ਹਾਂ ਜੁਗਰਾਜਦੀਪ ਸਿੰਘ ਖਬਰ ਕੋਈ ਵੀ ਹੋਵੇ ਅਸੀਂ ਦਿੰਦੇ ਆ ਨਿਰਪੱਖਤਾ ਨਾਲ ਕਿਉਂਕਿ ਅਸੀਂ ਰੱਖਦੇ ਹਾਂ ਹਰ ਖਬਰ ਤੇ ਬਾਜ਼ ਨਜ਼ਰ ਤੇ ਮੈਂ ਹਾਂ ਜਤਿੰਦਰ ਪੰਨੂ ਮੁੱਦੇ ਜਾਂ ਘਟਨਾਵਾਂ ਧਾਰਮਿਕ ਇਹ ਇਤਿਹਾਸਕ ਖੋਲਣ ਦਾ ਕੰਮ ਸਾਡਾ ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਮੈਂ ਹਾਂ ਹਰਮਨ ਸਿੰਘ ਤੇ ਤਵਾਜਿਵੇਂ ਅਸੀਂ ਲਾਉਨੇ ਆ ਕੋਈ ਨਹੀਂ ਲਾਉਂਦਾ ਮੈਂ ਪ੍ਰithvi Pal Singh ਸੋਹੀ ਮੈਂ ਲੈ ਕੇ ਆਵਾਂਗਾ ਖਬਰਾਂ ਤੇ ਤਫਸਰਾ ਲਾਈਟਸ ਕੈਮਰਾ ਐਕਸ਼ਨ ਐਂਟਰਟੇਨਮੈਂਟ ਬਿਓਂਡ ਮਾਰਜਿਨੇਸ਼ਨ ਮੈਰੂਪ ਕੋ ਲੈ ਕੇ ਆਵਾਂਗੇ ਗਲੈਮਰ ਦੀ ਦੁਨੀਆ ਦੇ ਰਾਜ਼ ਕਿਉਂਕਿ ਟੈਂਸ਼ਨਸ ਐਂਡ ਸਟ੍ਰੈਸ ਤੋਂ ਦੂਰ ਐਂਟਰਟੇਨਮੈਂਟ ਵੀ ਚੜ੍ਹਦੇ ਹਜ਼ੂਰ ਮੈਂ ਹਾਂ ਸਵਰਨ ਸਿੰਘ ਟੈਣਾ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਤੇ ਹਰ ਖਬਰ ਵਿੱਚਲੀ ਖਬਰ ਦੀ ਖਬਰ ਲੈਂਦੇ ਹਾਂ ਅਸੀਂ ਸੁਪਨ ਸੰਧੂ ਦੇ ਸੰਗ ਤੁਸੀਂ ਮਾਣੋਗੇ ਸਾਹਿਤ ਇਤਿਹਾਸ ਤੇ ਸੱਭਿਆਚਾਰ ਦੇ ਰੰਗ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਇਲੈਕਸ਼ਨ ਵਿੱਚ ਨੇਤਾਵਾਂ ਦੇ ਦਾਅਵਿਆਂ ਲਾਰਿਆਂ ਅਤੇ ਸਿਆਸੀ ਕੋਲ ਦੇ ਰੈਫਰੀ ਹਾਂ ਅਸੀਂ ਮੇਰਾ ਨਾਮ ਤੂਬਾ ਅੰਜਮ ਹਾਸ਼ਮੀ ਹਮ ਦੇਂਗੇ ਆਪਕੋ ਆਗਾਹੀ ਸਰਹੱਦ ਪਾਰ ਕੇ ਮਾਮਲਿਆਂ ਦੀ ਹਿੰਦੁਸਤਾਨ ਔਰ ਪਾਕਿਸਤਾਨ ਕੀ ਇਨ ਪ੍ਰਾਈਮ ਪਾਕਿਸਤਾਨ ਮੈਂ ਦਵਿੰਦਰ ਸਿੰਘ ਬੈਣੀਪਾਲ ਤੁਹਾਡੀ ਕਚਹਿਰੀ ਵਿੱਚ ਤੁਹਾਡੇ ਜਜ਼ਬਾਤਾਂ ਨੂੰ ਸਵਾਲ ਬਣਾ ਕੇ ਪੇਸ਼ ਕਰਦਾ ਆਪਣੇ ਮਹਿਮਾਨਾਂ ਅੱਗੇ ਅਸੀਂ ਦੇ ਨੇਹਾ ਤੁਹਾਡੇ ਜਜ਼ਬਾਤਾਂ ਨੂੰ ਆਵਾਜ਼ ਮਿਹਨਤ ਅਦਾਕਾਰਾਂ ਦੀ ਮਸ਼ਹੂਰੀ ਟੀਵੀ ਤੇ ਅਖਬਾਰਾਂ ਦੀ ਕੋਰੋਨਾ ਲਾ ਕੇ ਫਿਲਮ ਬਣੀ ਪਰ ਤੁਸੀਂ ਵੇਖ ਸਕਦੇ ਹੋ ਜਾਂ ਨਹੀਂ ਦੱਸਾਂਗੀ ਮੈਂ Kusum Prime Review ਵਿੱਚ ਮੈਂ ਸਪਨ ਮੰਚਨ ਦਾ ਖਬਰਾਂ ਦੀ ਵਧਾਵਾਂਗੇ ਰਫ਼ਤਾਰ ਫਿਲਮ ਇੰਡਸਟਰੀ ਦੀ ਵੀ ਲਾਵਾਂਗੇ ਸਾਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਰ ਫਨਕਾਰ ਚੰਗੇ ਦੀ ਹੋਵੇਗੀ ਪ੍ਰਸ਼ੰਸਾ ਤੇ ਮਾੜੇ ਤੇ ਵੀ ਕਰਾਂਗੇ ਵਿਚਾਰ ਅੰਗਰੇਜ਼ ਤੇ ਅਰਦਾਸ ਵਰਗੀਆਂ ਸੁਪਰ ਹਿੱਟ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਚੇਂਜ ਕਰਨ ਤੋਂ ਬਾਅਦ ਅਮਨ ਖਟਕਰ ਲੈ ਕੇ ਆਇਆ ਨਹੀਂ ਟੀਵੀ ਦੀ ਦੁਨੀਆ ਵਿੱਚ ਵੱਡੀ ਚੇਂਜ ਰਾਇਮੇਸ਼ਾ ਟੀਵੀ ਹਾਡੀ ਸਹਿਯੋਗ ਨਾਲ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਜੀ ਦੇ ਵਿੱਚ ਪੰਨੂ ਸਾਹਿਬ ਜੀ ਗੱਲ ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਕਰੀ ਹੈ ਤਾਂ ਉਹਨਾਂ ਨੇ ਇੱਕ ਕਿਤਾਬ ਰਿਲੀਜ਼ ਕੀਤੀ ਹੈ ਤੇ ਉਸ ਕਿਤਾਬ ਰਿਲੀਜ਼ ਦੇ ਮੌਕੇ ਤੇ ਉਹਨਾਂ ਨੇ ਕਾਫੀ ਗੱਲਾਂ ਤੋਂ ਪਰਦਾ ਵੀ ਚੁੱਕਿਆ ਹੈ ਤੇ ਕਈ ਗੱਲਾਂ ਤੇ ਚੁੱਪੀ ਵੀ ਵੱਟ ਲਈ ਹੈ ਤੇ ਜਿਹੜੀਆਂ ਗੱਲਾਂ ਤੇ ਚੁੱਪੀ ਵੱਟੀਏ ਕਿਸ ਕਾਰਨਾ ਕਰਕੇ ਵੱਟੀ ਤੇ ਜਿੰਨਾਂ ਤੋਂ ਪਰਦਾ ਚੁੱਕਿਆ ਉਹ ਕਿਹੜੀਆਂ ਗੱਲਾਂ ਸਨ ਉਸੇ ਸਾਰਾ ਚਾਣਨਾ ਪਾਓ ਦੇਖੋ ਚੁੱਪ ਤੇ ਉਹਨੇ ਉਸ ਦੌਰ ਬਾਰੇ ਵੱਟੀ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਜਗਦੇਵ ਸਿੰਘ ਤਲਵੰਡੀ ਗੁਰਚਰਨ ਸਿੰਘ ਟੋੜਾ ਸੁਖਜਿੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਸੁਚਾ ਸਿੰਘ ਛੋਟੇਪੁਰ ਵੀ ਜੀ ਇਹ ਸਾਰੇ ਇਕੱਠੇ ਇਥੋਂ ਚੰਡੀਗੜ੍ਹ ਤੋਂ ਨਿਕਲ ਕੇ ਪੰਜਾਬ ਦੇ ਪਿੰਡਾਂ 'ਚ ਘੁੰਮਦੇ ਹੁੰਦੇ ਸਨ ਉਹਦੇ ਬਾਰੇ ਚੁੱਪ ਵਟਕ ਦੌਰ ਕਿਹੜਾ ਸੀ ਅਤਵੱਦ ਅਤਵੱਦ ਜਦੋਂ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਸੀ ਉਹਦੇ ਖਰਾਬ ਇਹ ਮੋਰਚਾ ਲਾ ਕੇ ਬਾਹਰ ਨਿਕਲੇ ਸਨ ਅਕਾਲੀ ਮੁੱਖ ਮੰਤਰੀ ਦੀ ਸਰਕਾਰ ਡੇਗਣ ਵਾਸਤੇ ਸਾਰੇ ਅਕਾਲੀ ਇਕੱਠੇ ਹੋ ਕੇ ਤੁਰੇ ਸਨ ਉਹਦੇ ਪਰ ਜਿੱਥੇ ਉਹਨੇ ਚੁੱਪ ਤੋੜੀ ਆ ਉਹ ਉਸ ਕਿਤਾਬ ਦੇ ਵਿੱਚ ਵੀ ਦਰਜ ਆ ਕਿਤਾਬ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਕੈਪਟਨ ਅਮਰਿੰਦਰ ਸਿੰਘ ਬਾਰੇ ਉਹਦੇ ਨਾਲ ਇੰਟਰਵਿਊ ਕਰ ਕਰਕੇ ਇੱਕ ਮੁੰਡੇ ਨੇ ਲਿਖੀ ਆ ਜੀ ਚੰਗਲ ਲੇਖਕ ਉਹ ਚੁਣੇ ਦੱਸਿਆ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤੇਂਦਰਾ ਗਾਂਧੀ ਨੇ ਕਰਤਾ ਤੇ ਮੈਂ ਪਹਿਲਾਂ ਪੁੱਛਦਾ ਰਿਹਾ ਸਾਂ ਕਿ ਅਵਸਰਕ ਜੋ ਕੁਝ ਹੋ ਰਿਹਾ ਕੋਈ ਕਾਰਵਾਈ ਕਰਨ ਦਾ ਰਲਤ ਨਹੀਂ ਕਹਿੰਦੇ ਨਹੀਂ ਨਹੀਂ ਤੇ ਜਦੋਂ ਹੋ ਗਿਆ ਤੇ ਮੈਂ ਕਹੇ ਤਾਂ ਤੂੰ ਗਲਤ ਕੀਤਾ ਤੇ ਮੈਂ ਇਹਦੇ ਵਿਰੋਧ ਚ ਅਸਤੀਫਾ ਦਿੱਤਾ ਇੰਦਰਾ ਗਾਂਧੀ ਨੇ ਆਖਿਆ ਵੀ ਤੂੰ ਕਿਉਂ ਕੀਤਾ ਕਹਿੰਦਾ ਮੈਂ ਆਖਿਆ ਜੀ ਮੈਂ ਠੀਕ ਆ ਕਾਂਗਰਸੀ ਵੀ ਸਾਂ ਪਰ ਮੈਂ ਪੰਜਾਬੀ ਹਾਂ ਤੇ ਮੇਰੀ ਜ਼ਮੀਰ ਇਹ ਕਹਿੰਦੀ ਮੈਂ ਉਧਰ ਜਾਵਾਂ ਮੈਂ ਇਸ ਕਰਕੇ ਉਧਰ ਚਲਾ ਗਿਆ ਜੀ ਇੱਕ ਸਟੈਂਡ ਲੈ ਲਿਆ ਫਿਰ ਉਹ ਕਹਿੰਦਾ ਮੈਂ ਅਕਾਲੀਆਂ ਵੇਸਾਂ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਚ ਮੈਂ ਤੀਸਰੇ ਨੰਬਰ ਦਾ ਮੰਤਰੀ ਸਾਂ ਤੇ ਜਦੋਂ ਅੰਮ੍ਰਿਤਸਰ ਦੇ ਵਿੱਚ ਇਹਨਾਂ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਨੇ ਅਕਾਲ ਤਖਤ ਤੇ ਦਰਬਾਰ ਸਾਹਿਬ ਚ ਪੁਲਿਸ ਭੇਜੀ ਤੇ ਮੈਂ ਪਟਿਆਲੇ ਬੈਠਾ ਤੇ ਮੈਨੂੰ ਖਬਰ ਮਿਲੀ ਤੇ ਮੈਂ ਕੰਟਰੋਲ ਰੂਮ ਤੋਂ ਪੁੱਛਿਆ ਕਹਿੰਦੇ ਚਲੀ ਗਈ ਹੈ ਤੇ ਮੈਂ ਆਖਿਆ ਜੇ ਸਰਜੀਤ ਸਿੰਘ ਬਰਨਾਲੇ ਦੇ ਸੀਨੀਅਰ ਮੰਤਰੀਆਂ ਨੂੰ ਇਹਨੇ ਪੁੱਛਿਆ ਹਾਂਜੀ ਇਹੋ ਜੀ ਐਕਸ਼ਨ ਕਰਤਾ ਤੇ ਅਸੀਂ ਸਿਕਾ ਨੂੰ ਕੱਲ ਨੂੰ ਜਵਾਬ ਕੀ ਦੇਣਾ ਮੈਂ ਤਾਰ ਜਾਨ ਕੀਤਾ ਸੀ ਬਿਲਕੁਲ ਇਹ ਪੰਜਾਬ ਦੇ ਪਾਣੀਆਂ ਦੇ ਸਵਾਲ ਤੇ ਸਾਰੇ ਸਮਝੌਤੇ ਤੋੜਨ ਦਾ ਮਤਾ ਮੁੱਖ ਮੰਤਰੀ ਹੁੰਦਿਆਂ ਜਦੋਂ ਮੈਂ 2004 ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਚ ਪਾਸ ਕੀਤਾ ਤੇ ਮੈਨੂੰ ਸੋਨੀਆ ਗਾਂਧੀ ਨੇ ਆਖਿਆ ਕਿ ਗੱਲ ਕਰਨ ਤੋਂ ਪਹਿਲਾਂ ਤੈਨੂੰ ਮੇਰੇ ਤੋਂ ਪੁੱਛਣਾ ਚਾਹੀਦਾ ਸੀ ਮੇਰੀ ਸਹਿਮਤੀ ਲੈਣੀ ਚਾਹੀਦੀ ਸੀ ਕਹਿੰਦਾ ਮੈਂ ਉਹਨੂੰ ਆਖਿਆ ਮੈਂ ਤੁਹਾਡੀ ਸਹਿਮਤੀ ਲੈਂਦਾ ਤੁਸੀਂ ਮੰਨਣਾ ਹੀ ਨਹੀਂ ਸੀ ਤੇ ਮੇਰੇ ਲਈ ਪੰਜਾਬ ਮੁੱਖ ਹੈ ਆਪਣਾ ਨਿਜ ਮੁੱਖ ਨਹੀਂਗਾ ਤੁਸੀਂ ਕਾਰਵਾਈ ਕਰਨੀ ਕਰ ਦਿਓ ਪਰ ਮੈਂ ਪੰਜਾਬ ਨੂੰ ਪਿੱਠ ਨਹੀਂ ਦੇ ਸਕਦਾ ਮੈਂ ਪੰਜਾਬ ਦੇ ਨਾਲ ਖੜਾ ਹਾਂ ਇਸ ਕਰਕੇ ਮੈਂ ਮਤਾ ਪਾਸ ਇੰਤ ਤੱਕ ਕਈਆਂ ਗੱਲਾਂ ਤੋਂ ਨੇ ਪਰਦਾ ਚੁੱਕਿਆ ਅਜੇ ਹੋਰ ਹੀ ਹੋਰ ਕਿਤਾਬ ਦੇ ਵੇਰਵੇ ਬਾਹਰ ਹੋਣਗੇ ਖੈਰ ਇਹ ਹੈ ਕਿ ਜਿਹੜੀਆਂ ਗੱਲਾਂ ਤੋਂ ਨੇ ਪਰਦਾ ਚੁੱਕਿਆ ਉਹ ਵੀ ਕਾਫੀ ਦਿਲਚਸਪ ਆ ਅ ਦੂਸਰੇ ਲੋਕਾਂ ਬਾਰੇ ਉਹਨੇ ਕੀ ਆਖਿਆ ਇਹ ਜੇ ਸਾਨੂੰ ਪਤਾ ਨਹੀਂ ਕੁਝ ਵੇਰਵੇ ਅਗਲੇ ਦਿਨਾਂ ਜੀ ਬਾਹਰ ਹੋਣਗੇ ਰਾਜਨੀਤੀ ਦੀ ਰੁਚੀ ਰੱਖਣ ਵਾਲਿਆਂ ਦੇ ਲਈ ਕਿਤਾਬ ਬਹੁਤ ਹੀ ਵਧੀਆ ਸਾਬਿਤ ਹੋਵੇਗੀ ਕੈਪਟਨ ਅਵਰਿੰਦਰ ਸਿੰਘ ਉਹਦਾ ਵੀ ਲੀਡਰ ਦੇ ਤੌਰ ਤੇ ਉਹ ਚ ਨੋਕਸ ਕੱਢੇ ਜਾ ਸਕਦੇ ਉਹਦੀ ਰਾਜਨੀਤੀ ਦੀ ਕਿੰਤੋਂ ਕੀਤੀ ਜਾ ਸਕਦੀ ਹੈ ਅ ਪਰ ਜਿਹੜੀਆਂ ਦੋ ਤਿੰਨ ਕਿਤਾਬਾਂ ਉਹਨੇ ਲਿਖੀਆਂ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਬਾਰੇ ਦ ਲਾਸਟ ਸਨਸੈਟ ਕਿਤਾਬ ਉਹਦੀ ਉਹ ਤੋਂ ਪਤਾ ਲੱਗਦਾ ਕਿ ਬੰਦੇ ਕੋਲ ਐਲੈਂਟ ਹੈਗਾ ਉਹਦੇ ਕੋਲ ਇਤਿਹਾਸ ਦਾ ਮੁੱਲ ਪਾਉਣ ਦਾ ਉਹਦੇ ਤੋਲਤਰਾਵੇ ਦਾ ਇੱਕ ਗੁਣ ਹੈਗਾ ਜੀ ਬਨੂ ਸਾਹਿਬ ਹੁਣ ਅਸੀਂ ਇਹ ਗੱਲ ਆਪਣੇ ਜਿਹੜੇ ਸਾਡੇ ਗਵਾਂਡੀ ਦੇਸ਼ ਹੈ ਪਾਕਿਸਤਾਨ ਦੀ ਕਰਦੇ ਹਾਂ ਜਿੱਤੋਂ ਦੇ ਰੱਖਿਆ ਮੰਤਰੀ ਖਵਾਜ਼ਾ ਆਸੀਫ ਨੇ ਵੀ ਆਖਿਰਕਾਰ ਇਹ ਮੰਨ ਲਿਆ ਕਿ ਜਿਹੜਾ ਹਾਫੀ ਸૈયਦ ਹੈ ਉਹ ਦੇਸ਼ ਤੇ ਲਈ ਖਤਰਾ ਹੈ ਪਰ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਵੀ ਪਾਕਿਸਤਾਨ ਦੇ ਵਿੱਚ ਮਤਲਬ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਆਲੋਚਨਾ ਵੀ ਹੋ ਰਹੀ ਹੈ ਤੇ ਕੁਝ ਉਹਦੀ ਹਮਾਇਤ ਦੇ ਵਿੱਚ ਵੀ ਖੜੇ ਨੇ ਤਾਂ ਉਸ ਬਾਰੇ ਤੁਸੀਂ ਕੀ ਆਖੋਗੇ ਇਹੋ ਹੀ ਖਵਾਜ਼ਾ ਅਸਫ ਹੈ ਜਿੰਨੇ ਅਜੇ ਥੋੜਾ ਜਿਹਾ ਪਿੰਲਾ ਭਾਰਤ ਨੂੰ ਹੀ ਆਖਿਆ ਸੀ ਸਾਡੇ ਕੋ ਆਟਮ ਬੰਬ ਪਿਆ ਹਾਂਜੀ ਅਸੀਂ ਆਤਿਸ਼ਬਾਈ ਚਲਾਉਣ ਨੂੰ ਥੜਾ ਰੱਖਿਆ ਜਿਹੜੇ ਬੰਦੇ ਅੱਜ ਪਾਕਿਸਤਾਨ ਚ ਦੀ ਨੁਕਤਾ ਚ ਨਹੀਂ ਕਰਦੇ ਦੀ ਨਿੰਦਾ ਕਰਦੇ ਉਦੋਂ ਕਹਿੰਦੇ ਸੀ ਬੜਾ ਕਮਾਲ ਦਾ ਡਿਫੈਂਸ ਮਿਨਿਸਟਰ ਮਿਲਿਆ ਹੁਣ ਕੀ ਹੈ ਕਿ ਇਹਨੇ ਜਾ ਕੇ ਜਰਮਨੀ ਦੇ ਵਿੱਚ ਇੱਕ ਸੈਮੀਨਾਰ ਚ ਕਹਿਤਾ ਕਿ ਇਹ ਜਿਹੜਾ ਹਾਫਿਜ਼ ਸਈਦ ਹੈ ਤੇ ਟੈਰਰਿਸਟ ਹੈ ਇਹ ਤੇ ਸਾਡੇ ਆਪਣੇ ਦੇਸ਼ ਦੀ ਵੀ ਖਤਰਾ ਹਾਂਜੀ ਇਹਨਾਂ ਰਾਤੋ ਰਾਤ ਬਣ ਕੇ 3 ਸਾਲ ਹੋ ਗਏ ਤੈਨੂੰ ਮੰਤਰੀ ਬਣੇ ਨੂੰ ਉਦੋਂ ਨਹੀਂ ਸੀ ਦਿੱਸਦਾ ਉਦੋਂ ਤੇ ਤੁਸੀਂ ਕਹਿੰਦੇ ਸੀ ਇਹ ਜਹਾਦੀ ਹੈ ਜੰਮੂ ਕਸ਼ਮੀਰ ਦੇ ਕਸ਼ਮੀਰ ਦੀ ਇਜਾਦੀ ਲੜਾਈ ਲੜਦਾ ਹੁਣ ਇਸ ਕਰਕੇ ਅਮਰੀਕਾ ਦੀ ਕਿ ਅਮਰੀਕਾ ਦੇ ਵਿੱਚ ਜਿਹੜਾ ਉਹ 7 ਦਿਨ ਮੁਸਲਮ ਬਹੁ ਗਿਰਤੀ ਬੜਾ ਦੇਸ਼ਾਂ ਦੇ ਪਾਬੰਦੀ ਲਾਈ ਡੋਨਲਡ ਟਰੰਪ ਨੇ ਹਾਂਜੀ ਡੋਨਲਡ ਟਰੰਪ ਇੱਕ ਸੁਭਾ ਦਾ ਕਬਜ਼ਾ ਆਦਮੀ ਹੈ ਪਤਾ ਨਹੀਂ ਕੜੀ ਨੂੰ ਕਿਹੜੇ ਪਾਸੇ ਨੂੰ ਕਿਹਦੇ ਮਗਰ ਪੈ ਜੇ ਉਹਨੇ ਨਾਲ ਹੀ ਕਹਤਾ ਵਾਰੀ ਪਾਕਿਸਤਾਨ ਦੀ ਵੀ ਆ ਸਕਦੀ ਉਸ ਦਿਨ ਦੇ ਤਰਵਕੇ ਪਿਆ ਇਹਨਾਂ ਨੇ ਹਾਫਿਜ਼ ਸੈਦ ਨੂੰ ਫੜ ਕੇ ਫਟਾਫਟ ਨਜ਼ਰਬੰਦ ਕਰਤਾ ਫਿਰ ਵਿਦੇਸ਼ ਜਾਣ ਤੇ ਪਾਬੰਦੀ ਲਾ ਦਿੱਤੀ ਫਿਰ ਉਹਦੇ ਹਥਿਆਰਾਂ ਦੇ ਲਾਇਸੈਂਸ ਰੱਦ ਕਰਤੇ ਵਿਰੋਧ ਕੌਣ ਕਰਦੇ ਆ ਵਿਵਾਦ ਇਸ ਕਰਕੇ ਛਿੜ ਗਿਆ ਕਿ ਪਾਕਿਸਤਾਨ ਦੀ ਪਾਰਲੀਮੈਂਟ ਦਾ ਭਰੋਸਾ ਹੈ ਸੈਨੇਟ ਸੈਨੇਟ ਦਾ ਜਿਹੜਾ ਡਿਪਟੀ ਚੇਅਰਮੈਨ ਹੈ ਉਹਨੂੰ ਅਮਰੀਕਾ ਵਾਲਿਆਂ ਨੇ ਵੀਜ਼ਾ ਦੇਣ ਤੋਂ ਨਾ ਕਰਤੀ ਕਿ ਤੇਰੇ ਅਤਵਾਦੀਆਂ ਨਾਲ ਫਲਾਣੇ ਵਕਤ ਸਬੰਧ ਰਹੇ ਆ ਹਾਂਜੀ ਕੁਝ ਹੋਰ ਨੰਦੇ ਹੁਣ ਉੱਥੇ ਪਾਕਿਸਤਾਨ ਦੇ ਅੰਦਰ ਸਿਵਲ ਵਾਰ ਵਰਗੀ ਪੋਜੀਸ਼ਨ ਦੇ ਕੁਝ ਲੋਕ ਉਹ ਹੈ ਜਿਹੜੇ ਅੱਜ ਵੀ ਅਤਵਾਦੀਆਂ ਨਾਲ ਖੜੇ ਆ ਕੁਝ ਉਹ ਆ ਜਿਹੜੇ ਪਹਿਲਾਂ ਅਤਵਾਦੀਆਂ ਨਾਲ ਖੜੇ ਸੀ ਬੋਲਦੇ ਨਹੀਂ ਸੀ ਹੁਣ ਬੋਲਣ ਲੱਗੇ ਅਤਵਾਦੀਆਂ ਦੇ ਵਿਰੁੱਧ ਖੜੇ ਸੀ ਬੋਲਦੇ ਨਹੀਂ ਸੀ ਹੁਣ ਬੋਲਣ ਲੱਗੇ ਬੋਲਣ ਉਹ ਹਮਰੇ ਵੀ ਕੁਝ ਇੱਕ ਖਵਾਜ ਆ ਪਰ ਹੁਣ 트럼ਪ ਦਾ ਇੱਕੋ ਹੀ ਦਬਕਾ ਵੱਜਿਆ ਤੇ ਇਹਨਾਂ ਨੂੰ ਚੇਤੇ ਆ ਗਿਆ ਪੰਜਾਬੀ ਦਾ ਮੁਹਾਵਰਾ ਰੱਬ ਨੇੜੇ ਕਿ ਕਸਨ ਉਹਦੇ ਤੋਂ ਬਚਣਾ ਤੇ ਕੁਝ ਕਰਨਾ ਪਊਗਾ ਸ਼ੁਕਰ ਹੈ ਕੁਝ ਕਰਨ ਲੱਗੇ ਜੀ ਅਕਲ ਦੇ ਦੇਸ ਮੁੜੇ ਆ ਤੇ ਸਵਾਗਤ ਕਰਨਾ ਚਾਹੀਦਾ ਜੀ ਬਨੂ ਸਾਹਿਬ ਮੁੱਦੇ ਤਾਂ ਹੋਰ ਵੀ ਨੇ ਪਰ ਸਮਾਸਨ ਹੋ ਰਿਹਾ ਜ ਇਜਾਜ਼ਤ ਨਹੀਂ ਦਿਨ ਤੱਕ ਹੀ ਗੱਲਬਾਤ ਨੂੰ ਅੱਗੇ ਤੋਰੇ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਦਰਸ਼ਕੋ ਤੁਸੀਂ ਵੀ ਸਾਰੇ ਸਾਡੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਜਿਸ ਤਰੀਕੇ ਨਾਲ ਤੁਸੀਂ ਆਪਣੇ ਪ੍ਰਸ਼ਨ ਸਾਨੂੰ ਭੇਜ ਰਹੇ ਹੋ ਉਹ ਕਾਬਿਲ ਇਤਿਹਫ ਹੈ ਤੇ ਅਸੀਂ ਉਹਨਾਂ ਪ੍ਰਸ਼ਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਲਾਵਾਂਗੇ ਵੀ ਤੇ ਫਿਲਹਾਲ ਪ੍ਰੋਗਰਾਮ ਦੇ ਵਿੱਚ ਹੈ ਨਾ ਇਸ ਦਿਨ ਨਾਲ ਤੋਂ ਸਿਮਨੁਪ੍ਰਭਜੋਤ ਕਾਨੂ ਦੇਵਚਾਸਤ